ਤਖਤਾਂ ਦੀ ਦੁਰਦਸ਼ਾ ਜਿਹੜੀ ਹੈ ਹਾਲਾਤ ਇਤਨੀ ਮਾੜੀ ਕਿਉਂ ਹੈ, ਚਾਰ ਤਖਤ ਜਿਹੜੇ ਵਾਧੂ ਕਿਉਂ ਬਣਾਏ ਗਏ, ਇਸ ਤਰ੍ਹਾਂ ਸੱਚਤੀ ਵਿੱਚ ਨਕਾਬ ਤਖਤ ਦਾ ਫਸਟ ਪਲੇਸ ਪਿੱਛੇ ਪਿੱਛੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਮੈਂਬਰ ਬੀਬੀ ਆਈ ਸੀ, ਉਹਨਾਂ ਨੂੰ ਅਸੀਂ ਇਹ ਸਵਾਲ ਪੁੱਛਿਆ ਸੀ ਜੇ ਅਸੀਂ ਅਕਾਲ ਤਖਤ ਪੰਜਾਬ ਤੋਂ ਕੱਢ ਕੇ ਬਾਹਰ ਲੈ ਜਾਈਏ ਤਾਂ ਕੀ ਪ੍ਰੋਬਲਮ ਹੈ, ਮਤਲਬ ਸਾਰਾ ਹਿੰਦੁਸਤਾਨ ਅਤੇ ਪੰਜਾਬ ਗਰਕ ਹੋਇਆ ਪਿਆ, ਕਰਪਟਡ ਹੋਇਆ ਪਿਆ, ਤਾਂ ਇਹਦਾ ਤੁਹਾਨੂੰ ਤੁਸੀਂ ਜਵਾਬ ਦੇਣਾ। ਉਹਨਾਂ ਨੇ ਤਾਂ ਜਵਾਬ ਨਹੀਂ ਦਿੱਤਾ, ਉਹ ਤਾਂ ਹੱਸ ਕੇ ਟਾਲ ਦਿੱਤਾ ਵਿਚਾਰੀ ਨੇ, ਉਹਨੂੰ ਫਿਕਰ ਸੀ ਕਿ ਮੇਰੀ ਅਗਲੀ ਮਤਲਬ ਤਨਖਾਹ ਆਉਣੀ ਕਿ ਨਹੀਂ ਆਉਣੀ, ਮੈਂ ਤਾਂ ਪਹਿਲਾਂ ਕਰ ਦਿਓ ਮੇਰਾ ਰੋਟੀ ਭਾਂਡੇ ਦਾ ਕੰਮ ਹੈ ਜੀ। ਤੇ ਇਹ ਸਿਸਟਮ ਜਿਹੜਾ ਹੈਗਾ ਅਕਾਲ ਤਖਤ ਦਾ, ਇਹਦਾ ਪਿਛੋਕੜ ਕੀ ਹੈ, ਗੁਰਬਾਣੀ ਵਿੱਚ ਇਸਦੀ ਤਸਦੀਕ ਹੈ ਕਿ ਨਹੀਂ, ਸਾਡਾ ਅਸਲ ਤਖਤ ਕੌਣ ਹੈ ਤੇ ਅਸੀਂ ਕਰੀਏ ਕੀ ਇਹਨਾਂ ਤਖਤਾਂ ਬਾਰੇ, ਜਿਹੜੇ ਨਾ ਤੇ ਚੜਦੇ ਬੰਦੇ ਲਾਏ ਹੋਏ ਨਾ, ਨਾ ਇਹ ਚੜਦੀਆਂ ਗੱਲਾਂ ਕੋਈ ਕਰਦੇ ਨਾ। ਇਹਨਾਂ ਨੂੰ ਫਿਕਰ ਲੱਗਿਆ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਇੱਥੋਂ ਉੱਥੇ ਲਿਜਾਣੀ ਹੈ ਤੇ ਕਿੰਨੇ ਸਿੰਘ ਚਾਹੀਦੇ ਨਾ, ਪਾਣੀ ਛੱਡਣਾ ਕਿ ਨਹੀਂ, ਇਹ ਕਰਨਾ ਕਿ ਨਹੀਂ, ਉਹ ਕਰਨਾ ਕਿ ਨਹੀਂ। ਜਿਹੜੇ ਵੱਡੇ ਵੱਡੇ ਕੌਮ ਦੇ ਸਵਾਲ ਆ ਉਹਨੂੰ ਸੁੱਤੇ ਪਏ, ਬਿਲਕੁਲ ਕੋਈ ਗੱਲ ਹੀ ਨਹੀਂ ਕਰਦੇ। ਨਿੱਕੀਆਂ ਨਿੱਕੀਆਂ ਗੱਲਾਂ ਫੜ ਕੇ ਬੈਠੇ, ਇੱਕ ਤਾਂ ਇੱਕ ਹੁਕਮ ਕੱਢਣ ਲੱਗੇ ਸੀ ਵੀ ਹਰ ਸਿੱਖ ਦੇ ਘਰ 'ਚ ਪੰਜ ਬੱਚੇ ਚਾਹੀਦੇ, ਇਹੋ ਜਿਹੇ ਵੀ ਫੈਸਲੇ ਸੁਣਾਉਣ ਨੂੰ ਤਿਆਰ ਹੋਏ ਪਏ। ਸੋ ਕਹਿਣ ਦਾ ਭਾਵ ਦਾ ਸਿਚੁਏਸ਼ਨ ਇਸ ਡਿਪਲੋਰੇਬਲ, ਬਹੁਤ ਦੁਰਦਸ਼ਾ ਜਿਹੜੀ ਹੈ ਸਾਡੀ ਖਰਾਬ ਹੈ, ਇਹਦੇ ਬਾਰੇ ਤੁਸੀਂ ਜ਼ਰੂਰ ਖੁੱਲ੍ਹ ਕੇ ਚੜ੍ਹਨਾ ਪਊਗਾ। ਥੈਂਕ ਯੂ।